नमस्कार दोस्तों आदाब जिंदगी जिंदाबाद मैं हां ਤੁਹਾਡਾ ਦੋਸਤ ਹਾਂ ਸੰਜੀਵ ਸ਼ਾਦ ਔਰ ਤੁਸੀਂ ਇਸ ਵਕਤ ਦੇਖ ਰਹੇ ਹੋ ਟੂ ਦਾ ਪੁਆਇੰਟ ਜ਼ਿੰਦਗੀ ਜ਼ਿੰਦਾਬਾਦ ਅੱਜ ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਪੰਜਾਬੀ ਸਹਿਤ ਅਕੈਡਮੀ ਦੇ ਡਿਪਟੀ ਡਾਇਰੈਕਟਰ ਸਰਦਾਰ ਗੁਰਵਿੰਦਰ ਸਿੰਘ ਦਮੀਜਾ ਜੀ ਨਾਲ ਦਮੀਜਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਨ ਦਿਲ ਤੋਂ ਸਾਰਿਆਂ ਨੂੰ ਸਸ੍ਰੀਕਾਲ ਬਹੁਤ ਵਧੀਆ ਸਰ ਔਰ ਬਹੁਤ ਹੀ ਅੱਛੀ ਵਿਅਕਤੀਤਵ ਦੇ ਮਾਲਕ ਇਹਨਾਂ ਨੂੰ ਮੈਂ ਅੱਜ ਸੁਣ ਰਿਹਾ ਸੀ ਬੜਾ ਔਜਸਵੀ ਬਾਣੀ ਦੇ ਨਾਲ ਸਾਡੀਆਂ ਧੀਆਂ ਭੈਣਾਂ ਦੇ ਵਿੱਚ ਆਪਣਾ ਪਾਸ਼ਨ ਦੇ ਰਹੇ ਸੀ ਔਰ ਬਹੁਤ ਟਕ ਟਕੀ ਲਾ ਕੇ ਦਰਸ਼ਕ ਸੁਣ ਰਹੇ ਸੀ ਸਰ ਪੰਜਾਬੀ ਸੰਗੀਤ ਪੰਜਾਬੀ ਅਕੈਡਮੀ ਦਾ ਕੀ ਅੱਗੇ ਪ੍ਰੋਗਰਾਮਸ ਹੈ ਔਰ ਤੁਸੀਂ ਅੱਜ ਜੋ ਯਾਤਰਾ ਤੇ ਨਿਕਲੇ ਹੋ ਇਸ ਦਾ ਕੀ ਵਿਸ਼ਾ ਹੈ ਹਰਿਆਣਾ ਪੰਜਾਬੀ ਸਹਿਤ ਅਕੈਡਮੀ ਜਿਵੇਂ ਕੀ ਇਹਦਾ ਨਾਂ ਹੀ ਤੁਸੀਂ ਦੇਖ ਰਹੇ ਹੋ ਤੇ ਹਰਿਆਣਾ ਦੇ ਪੰਜਾਬੀ ਸਾਹਿਤੇ ਨੂੰ ਇਹਦੇ ਕਲਚਰ ਨੂੰ ਇਹਦੇ ਆਰਟ ਨੂੰ ਅਸੀਂ ਹਰਿਆਣਾ 'ਚ ਜਿੰਦਾ ਰੱਖੀਏ ਔਰ ਨਾ ਕੇਵਲ ਜਿੰਦਾ ਰੱਖੀਏ ਬਟਾ ਇਹ ਲਹਿ ਲਾਟੇ ਮਾਰਦੇ ਦੁਨੀਆ 'ਚ ਅੱਗੇ ਵਧੇ ਇਹੀ ਸਾਡਾ ਪ੍ਰਿਆਸ ਹੈ ਇਹੀ ਅਕੈਡਮੀ ਦਾ ਉਦੇਸ਼ ਹੈ ਇਹਦੇ ਸੋ ਅਸੀਂ ਹਰਿਆਣਾ ਦੇ ਪੰਜਾਬੀ ਕਲਾਕਾਰ ਪੰਜਾਬੀ ਸਟੂਡੈਂਟਸ ਪੰਜਾਬੀ ਭਾਈਚਾਰੇ ਸਾਡੇ ਭੈਣ ਭਰਾ ਚਾਹੇ ਕਿਸੇ ਐਨਜੀਓ 'ਚ ਕੰਮ ਕਰ ਰਹੇ ਨੇ ਔਰ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਜਿਹੜੀ ਕਿ ਪੰਜਾਬੀ ਦੀ ਸਾਡੇ ਕੋਲ ਪਹਿਲੀ ਲਿਪੀ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਦੇ ਮਾਹੌਲੇ ਜਦੋਂ ਕਿ ਫਾਰਸੀ ਸਾਡੀ ਸਟੇਟ ਦੀ ਲੈਂਗੁਏਜ ਹੁੰਦੀ ਸੀ ਮਗਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਨੂੰ ਜਿਹੜਾ ਬਿਲਕੁਲ ਆਮ ਲੋਕਾਂ ਦੀ ਬੋਲੀ ਜਿਹੜੀ ਪੰਜਾਬੀ ਸੀ ਉਸ ਨੂੰ ਮੁੱਖ ਦੇਖਦੇ ਆ ਉਹਨੂੰ ਲਿਪੀ ਦੇ ਕੇ ਦੁਨੀਆ ਦਾ ਇੱਕ ਬਿਹਤਰੀਨ ਸਾਹਿਤ ਸਾਡੇ ਸਾਹਮਣੇ ਰੱਖਿਆ ਤੇ ਸਾਡਾ ਇਹੀ ਪ੍ਰਯਾਸ ਰਹਿੰਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਰੱਖਦੇ ਹੋਏ ਮੈਂ ਥਿੰਕ ਕਈ ਵਾਰੀ ਕਿਹਾ ਜਾਂਦੇ ਆ ਕਿ ਜੇ ਗੁਨਾਹਣਾ ਸਾਹਿਬ ਨੂੰ ਫੋਲੋ ਕਰ ਰਹੇ ਆ ਜਾਂ ਗੁਨਾਹਣਾ ਸਾਹਿਬ ਨੂੰ ਉਹਨਾਂ ਦੇ ਪਗਾਂ ਤੇ ਚੱਲ ਰਹੇ ਆ ਉਹਨਾਂ ਦੇ ਪਗਾਂ ਤੇ ਚੱਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਦੇ ਨਾਮ ਨੂੰ ਸਮਝ ਆ ਜਾਓ ਉਹਨੇ ਕੀਤਾ ਕੀ ਇਹ ਸਮਝ ਆ ਜਾਓ ਔਰ ਇੰਨਾ ਹੀ ਪਤਾ ਲੱਗ ਜਾਏ ਕਿ ਉਹ ਚਾਹਦੇ ਕੀ ਸਨ ਉਹਤੇ ਚੱਲਣ ਦੀ ਤਾਂ ਬਹੁਤ ਦੂਰ ਦੀ ਔਰ ਬਹੁਤ ਵੱਡੀ ਗੱਲ ਹੈ ਤੇ ਅਸੀਂ ਉਹਦੇ ਚ ਸ਼ਬਦ ਬੂੰਦ ਸ਼ਬਦ ਗੁਰੂ ਤਾਂ ਸਾਡਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਅਰਣਕ ਸਾਹਿਬ ਨੇ ਜਿਹੜੀ ਲਿਪੀ ਦਿੱਤੀ ਉਸ ਨੂੰ ਦਸਾਂ ਗੁਰੂਆਂ ਨੇ ਜਾਮਾ ਪਵਾ ਕੇ ਅਗੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਗੁਰੂ ਥਾਪ ਕੇ ਸਾਡੇ ਸਾਹਮਣੇ ਰੱਖਿਆ ਪਰ ਅਸੀਂ ਅਕੈਡਮੀ ਦੀ ਜਿਹੜੀ ਸਾਡੀ ਮੰਥਲੀ ਮੈਗਜ਼ੀਨ ਆ ਉਹਦਾ ਨਾਮ ਵੀ ਸ਼ਬਦ ਬੂੰਦ ਬਾਕੀ ਇਸ ਸਾਗਰ ਇਸ ਗਾਗਰ ਦੇ ਵਿੱਚੋਂ ਇੱਕ ਬੂੰਦ ਜਿਹੜੀ ਹੈ ਉਹ ਅਸੀਂ ਲੈ ਕੇ ਸਮਾਜ ਚ ਅੱਗੇ ਚੱਲੀਏ ਸ਼ਬਦ ਬੂੰਦ ਸਾਡੀ ਮੰਥਲੀ ਮੈਗਜ਼ੀਨ ਹੈ ਜਿਸ ਨਾਲ ਅਸੀਂ ਹਰਿਆਣੇ ਦੇ ਸਾਰੇ ਰਾਈਟਰਾਂ ਨੂੰ ਮੰਥਲੀ ਕੋਸ਼ਿਸ਼ ਕਰਨੀ ਹੈ ਕਿ ਦੁਨੀਆ ਦੇ ਸਮਖੇ ਉਹ ਆਪਣੇ ਵਿਚਾਰ ਜਿਹੜੇ ਨੇ ਉਹ ਇਹਦੇ 'ਚ ਲਿਖਵਾ ਕੇ ਸਾਂਝੇ ਕਰ ਸਕਣ ਇਸ ਤੋਂ ਇਲਾਵਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਜਿਹੜੇ ਕੀ ਸਾਡੇ ਪੰਜਾਬੀ 'ਚ ਸਾਡੀ ਲੋਹੜੀ ਮਨਾਈ ਜਾਂਦੀ ਹੈ ਵਿਸਾਖੀ ਮਨਾਈ ਜਾਂਦੀ ਹੈ ਜਾਂ ਪੰਜਾਬੀਆਂ ਦੇ ਨਾਟਕ ਹੁੰਦੇ ਨੇ ਨਾ ਕਲਾਕਾਰ ਹੁੰਦੇ ਨੇ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਸੈਮੀਨਾਰ ਕਵੀ ਦਰਬਾਰ ਇਸ ਤਰ੍ਹਾਂ ਦੀ ਸੰਗਠਨੀਆਂ ਕਰਵਾ ਕੇ ਔਰ ਉਹਦੇ ਚਾਕਰ ਮੈਂ ਬਹੁਤ ਜ਼ਿਆਦਾ ਨਹੀਂ ਤੁਹਾਨੂੰ ਡਿਟੇਲ ਚ ਬਰੀਫ ਵੀ ਕਰਾਂ ਤੇ 2018-19 ਸਾਡਾ 골ਡਨ ਪੀਰੀਅਡ ਰਿਹਾ ਇੱਕ ਸਾਲ ਦੇ ਅੰਦਰ ਅਸੀਂ 68 ਸੈਮੀਨਾਰ ਹਿੰਦੁਸਤਾਨ ਦੀ ਤਮਾਮ ਯੂਨੀਵਰਸਿਟੀਆਂ ਚਾਹੇ ਉਹ ਪੰਜਾਬ ਚ ਨੇ ਚੰਡੀਗੜ੍ਹ ਨੇ ਹਰਿਆਣਾ ਦੀ ਤੇ ਖੈਰ ਕੋਈ ਯੂਨੀਵਰਸਿਟੀ ਅਸੀਂ ਛੱਡੀ ਹੀ ਨਹੀਂ ਜੀ ਔਰ ਕਰਨਾਟਕਾ ਹੈ ਮਹਾਰਾਸ਼ਟਰ ਹੈ ਮੱਧਿਆ ਪ੍ਰਦੇਸ਼ ਹੈ ਰਾਜਸਥਾਨ ਹੈ ਉੱਤਰ ਪ੍ਰਦੇਸ਼ ਹੈ ਦਿੱਲੀ ਹੈ ਹਰ ਸਟੇਟ ਦੀ ਯੂਨੀਵਰਸਿਟੀਜ਼ ਕਾਲਜੇ ਜਾ ਕੇ ਅਸੀਂ ਪ੍ਰਯਾਸ ਕੀਤਾ ਹੈ ਕਿ ਪੰਜਾਬੀ ਦੀ ਆਵਾਜ਼ ਨੂੰ ਪੰਜਾਬੀ ਦੀ ਕਲਾ ਨੂੰ ਔਰ ਪੰਜਾਬੀ ਦੀ ਰੂਹਾਨੀਅਤ ਨੂੰ ਅਸੀਂ ਕਾਇਮ ਰੱਖੀਏ ਇਹਦੇ ਚ ਅਸੀਂ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਸ਼ਬਦ ਮੂਨ ਤੋਂ ਇਲਾਵਾ ਕੁਝ ਕਿਤਾਬਾਂ ਐਸੀ ਕੱਢੀਆਂ ਜਾਣ ਜਿਦੇ ਜੇ ਇੱਕ ਵਿਸ਼ੇਸ਼ ਅਸੀਂ ਉਪਰਾਲਾ ਕੀਤਾ ਸੀ ਇੱਥੇ ਸਿਰਸਾ ਦੀ ਧਰਤੀ ਦੇ ਤੁਹਾਨੂੰ ਯਾਦ ਹੋਣਾ ਹੈ ਜੀ 4 ਅਗਸਤ 2019 ਨੂੰ ਬਾਬਾ ਨਾਨਕ ਦਾ ਗੁਰਨਾਨ ਦੇਵ ਸਾਹਿਬ ਦਾ 550 ਸਾਲਾ ਪ੍ਰਕਾਸ਼ਪੁਰਬ ਸਟੇਟ ਫੰਕਸ਼ਨ ਦੇ ਰੂਪ ਵਿੱਚ ਇੱਥੇ ਮਨਾਇਆ ਗਿਆ ਸੀ ਉਹਦਾ ਕਾਫੀ ਕੁਝ ਜ਼ਿੰਮੇਵਾਰੀ ਤੁਹਾਡੇ ਪਰਾ ਦੇ ਜਿੰਮੇ ਲੱਗੀ ਸੀ ਤੇ ਉਥੇ ਅਸੀਂ ਇੱਕ ਕੋਈ ਨਵੀਂ ਚੀਜ਼ ਕਰਨਾ ਚਾਹੁੰਦੇ ਸੀ ਜਦੋਂ ਅਸੀਂ ਇੱਕ ਵਿਦਵਾਨਾਂ ਦੀ ਮੀਟਿੰਗ ਲਈ ਸਾਨੂੰ ਇਹ ਆਇਆ ਵੀ ਤੁਸੀਂ ਮੇਨ ਕਿਸ ਫੋਕਸ ਕਰਨਾ ਚਾਹੁੰਦੇ ਹੋ ਸੁਸਾਇਟੀ ਨੂੰ ਅਸੀਂ ਕਹਿੰਦੇ ਅਸੀਂ ਉਬਰਦੇ ਕਲਾਕਾਰਾਂ ਨੂੰ ਉਬਰਦੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਔਰ ਸਟੂਡੈਂਟਸ ਨੂੰ ਆਪਣਾ ਟਾਰਗੇਟ ਕਰਨਾ ਚਾਹੁੰਦੇ ਆ ਕਿਉਂਕਿ ਮੇਰਾ ਜੀਵਨ ਦਾ ਮੰਨ ਹੈ कि 60 70 50 ਸਾਲ ਤੋਂ ਬਾਅਦ ਸਾਡੀ ਇੱਕ ਧਾਰਨਾ ਬਣ ਚੁੱਕੀ ਹੁੰਦੀ ਉਹਨੂੰ ਬਦਲਣਾ ਤੋੜਨਾ ਬਹੁਤ ਮੁਸ਼ਕਲ ਹੈ ਬਹੁਤ ਵਿਰਲੇ ਬੰਦੇ ਨੇ ਜਿਹੜੇ ਇਸ ਉਮਰ 'ਚ ਆ ਕੇ ਬਦਲਦੇ ਨੇ ਲੇਕਿਨ ਜਿਹੜੇ ਸਾਡੇ ਸਟੂਡੈਂਟਸ ਨੇ ਸਪੈਸ਼ਲੀ ਜਿਹੜੇ 12 13 14 ਤੋਂ ਉੱਪਰ ਆ ਕੇ 18 ਤੋਂ ਲੈ ਕੇ 25 ਤੱਕ ਸਾਡੇ ਸਟੂਡੈਂਟ ਨੇ ਉਹ ਬੜੇ ਮੋਟੀਵੇਸ਼ਨਲ ਹੁੰਦੇ ਨੇ ਜੇ ਉਹਨਾਂ ਨੂੰ ਗੱਲ ਪਸੰਦ ਆ ਜਾਏ ਤੁਰੰਤ ਉਹ ਪਕੜ ਵੀ ਲੈਂਦੇ ਨੇ ਔਰ ਉਸ ਨੂੰ ਬੜੀ ਅੱਗੇ ਵੀ ਲੈ ਕੇ ਜਾਂਦੇ ਨੇ ਜੀ ਜੀ ਪਰ ਉਹਨਾਂ ਵਾਸਤੇ ਇਸੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਗੁਰੂ ਨਾਨਕ ਸਾਹਿਬ ਨੂੰ ਜਾਣਨਾ ਸਟੂਡੈਂਟ ਦਾ ਇੱਕ ਜ਼ਿੰਦਗੀ ਦਾ ਇੱਕ ਪਲੈਨਿੰਗ ਹੁੰਦੀ ਹੈ ਕਿ ਉਹਨੇ ਹਰ ਐਗਜ਼ਾਮ ਕੁਐਸਚਨ ਆਨਸਰ ਸ਼ੇਪ ਵਿੱਚ ਦੇਣਾ ਹੁੰਦਾ ਤੇ ਦੈਟ ਇਜ਼ ਦੀ ਬੈਸਟ ਵੇ ਅਸੀਂ ਉਹਨਾਂ ਨੂੰ ਇਹ ਚੀਜ਼ ਪੈਨੇਟ੍ਰੇਟ ਕਰ ਸਕਦੇ ਹਾਂ ਅਸੀਂ ਗੁਰਨਾਨਕ ਸਾਹਿਬ ਦੇ ਜੀਵਨ ਦੇ ਉੱਪਰ 550 ਸਾਲੇ ਪ੍ਰਕਾਸ਼ਪਰੂਪ ਦੇ ਮੌਕੇ ਤੇ 550 ਸਵਾਲ ਦੀ ਇੱਕ ਕਿਤਾਬ ਔਰ ਆਨਸਰਸ ਦੀ ਲੈ ਕੇ ਆਏ ਜਿਹੜੀ ਸਾਡੀ ਇੰਨੀ ਪ੍ਰੋਮਿਨੈਂਟ ਹੋਈ ਕਿ ਤਾ ਵੀ ਅਸੀਂ ਮਨੂੰ ਯਾਦ ਆ 10000 ਤੋਂ ਕਿਤਾਬਾਂ ਉੱਪਰ ਅਸੀਂ ਇੱਥੇ ਵੰਡੀਆਂ ਸਨ ਪਰ ਕੱਲ ਮੈਂ ਹਲੇ ਸਹਿਇਤੇ ਕਾਰਕਾ ਨਾਲ ਰਾਣੀਆਂ ਮਿਲਿਆ ਸੀ ਜੀ ਔਰ ਇਸ ਤੋਂ ਬਾਅਦ ਜਾ ਕੇ ਐਲਾਨਾਬਾਦ ਵੀ ਮੈਂ ਜਰਤਾਰ ਸਿੰਘ ਰੰਧਾਵਾ ਔਰ ਰਾਣੀਆਂ ਸੁਭਾਸ਼ ਚੰਦਰਯਾ ਜੀ ਦੀ ਪੂਰੀ ਟੀਮ ਨੂੰ ਮਿਲਿਆ ਜੀ ਤੁਸੀਂ ਸੁਣ ਕੇ ਅੱਜ ਵੀ ਹੈਰਾਨ ਹੋ ਜਾਓਗੇ ਉਹਨਾਂ ਮੈਨੂੰ ਅੱਜ ਵੀ ਇਹੀ ਕਿਹਾ ਵੀ ਜੀ ਉਹ 550 ਸਵਾਲ ਜਵਾਬ ਦੀ ਕਿਤਾਬ ਅਵੇਲੇਬਲ ਹੈ ਜੀ ਮੈਂ ਕਿਹਾ ਜੀ ਤੁਸੀਂ ਹੁਕਮ ਕਰੋ ਕਿੰਨੀ ਚਾਹੀਦੀਆਂ ਨੇ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਦੋ 2.5 ਹਜ਼ਾਰ ਕਾਪੀ ਸਾਨੂੰ ਹੋਰ ਚਾਹੀਦੀ ਹੈ ਜਿਹੜੀ ਕਿ ਅਸੀਂ ਸੈਂਕਸ਼ਨ ਕੀਤੀ ਹੈ ਔਰ ਜਾ ਕੇ ਉਹਦੀ ਸੈਕੰਡ ਐਡੀਸ਼ਨ ਕੱਢ ਕੇ ਅਸੀਂ ਜ਼ਰੂਰ ਇਸ ਇਲਾਕੇ 'ਚ ਭੇਜਾਂਗੇ ਨਾਲੇ ਉਹਨਾਂ ਨੂੰ ਇਹ ਵੀ ਪ੍ਰੋਮਿਸ ਕਰਕੇ ਆਏ ਆ ਕਿ 400 ਸਾਲਾ ਪ੍ਰਕਾਸ਼ਪੁਰ ਗੁਰਤੇਗ ਬਹਾਦਰ ਸਾਹਿਬ ਦਾ ਚਲ ਰਿਹਾ ਹੈ ਉਹਨਾਂ ਦੇ ਜੀਵਨ ਤੇ ਵੀ 400 ਕੁਐਸਚਨ ਆਨਸਰ ਦੀ ਕਿਤਾਬ ਤਿਆਰ ਕਰਵਾ ਰਹੇ ਆ ਉਹ ਵੀ ਸ਼ਿਕਰ ਲਾਂਚ ਕਰਕੇ ਇਸ ਇਲਾਕੇ 'ਚ ਔਰ ਹੋਰ ਇਲਾਕਿਆਂ 'ਚ ਭੇਜੀ ਜਾਏਗੀ ਇੱਕ ਬਹੁਤ ਅੱਛਾ ਸਾਨੂੰ ਮੂਵਮੈਂਟ ਇੱਥੋਂ ਮਿਲੀ ਸੋਚ ਮਿਲੀ ਅਸੀਂ ਉਸ ਤੇ ਚੱਲ ਰਹੇ ਆ ਜੀ ਇਹਦੇ ਨਾਲ ਨਾਲ ਸਾਨੂੰ ਸੁਭਾਗੇ ਪ੍ਰਾਪਤ ਹੋਇਆ ਕਿ ਹਰਿਆਣੇ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਗੁਰੂ ਨਾਨਕ ਦੇ ਆਦੇਸ਼ਾਂ ਔਰ ਅਸੂਲਾਂ ਤੇ ਚੱਲਦੇ ਹੋਏ ਇੱਕ ਬੇਗਮਪੁਰਾ ਕਨਸੈਪਟ ਜਿਹੜਾ ਕਿ ਇਕਵੈਲਟੀ ਦਾ ਔਰ ਬਾਉਂਡਰੀ ਲੈਸ ਕੰਟਰੀ ਦੀ ਗੁਰੂ ਨਾਨਕ ਨੇ ਗੱਲ ਕੀਤੀ ਆਪਣੇ ਵਿਚਾਰ ਰੱਖੇ ਨੇ ਉਹਦੇ ਉੱਪਰ ਚੱਲ ਕੇ ਲੋਗੜ ਖਾਲਸਾ ਰਾਜਧਾਨੀ ਔਰ ਲੋਗੜ ਦਾ ਸਮਰਾਜੇ ਮੁਗਲ ਜੋ ਕਿ ਦੁਨੀਆ ਦੇ ਉਸ ਟਾਈਮ 24.5 ਔਰ 24.5% ਇਕਨੋਮੀ ਦੇ ਮਾਲਕ ਔਰ ਵਰਲਡ ਦੀ ਲਾਰਜੈਸਟ ਪਾਵਰ ਸੀ ਜਿਵੇਂ ਕਿ ਅੱਜ ਅਮਰੀਕਾ 16% ਲੈ ਕੇ ਦੁਨੀਆ ਸਾਰੀ ਨੂੰ ਅੱਖਾਂ ਦਿਖਾਉਂਦਾ ਹੈ ਮੁਗਲਾ ਕੋਲ 24.5% ਚੌਥਾ ਹਿੱਸਾ ਵਰਲਡ ਦੀ ਇਕਨੋਮੀ ਸੀ ਉਸ ਸلطਨਤ ਨੂੰ ਕਿਸ ਤਰ੍ਹਾਂ ਤੋੜਿਆ ਔਰ ਤੋੜਿਆ ਹੀ ਨਹੀਂ ਕਿ ਨੇਸਤਾ ਨਬੂਤ ਕਰਦਾ ਤੇ ਕੋ ਨੇਸਤਾ ਨਬੂਤ ਦੋ ਤਰੀਕਿਆਂ ਨਾਲ ਹੁੰਦਾ ਇੱਕ ਕਿਸੇ ਨੂੰ ਮਾਰ ਮਾਰ ਕੇ ਮਟਿਆ ਮਿਟ ਕਰ ਦੇਈਦਾ ਇੱਕ ਜਿਹੜੀ ਗੁਣਾਨਿਕ ਫਿਲਾਸਫੀ ਹੈ ਗੁਣਾਨਿਕ ਨੇ ਮਾਡਰਨ ਫਿਲਾਸਫੀਸ ਦੇ ਕੰਮ ਕੀਤਾ ਉਹਨਾਂ ਨੇ ਇਕਨੋਮੀ ਨੂੰ ਵੀ ਇੱਕ ਬਹੁਤ ਵੱਡਾ ਅਧਾਰਾ ਦਿੱਤਾ ਹੈ ਜਿੱਥੇ ਉਹਨਾਂ ਨੇ ਧਾਰਮਿਕ ਇਕੁਐਲਟੀ ਰਾਜਨੀਤਿਕ ਇਕੁਐਲਟੀ ਸੋਸ਼ਲ ਇਕੁਐਲਟੀ ਜੈਂਡਰ ਇਕੁਐਲਟੀ ਦੀ ਗੱਲ ਕੀਤੀ ਉਹ ਇਕਨੋਮਿਕ ਇਕੁਐਲਟੀ ਦੀ ਵੀ ਗੱਲ ਕੀਤੀ ਹੈ ਜੀ ਔਰ ਉਸੇ ਇਕਨੋਮਿਕ ਅਧਾਰ ਨੂੰ ਸਮਝਦੇ ਹੋયા ਜਿਹੜੀ ਇਹ ਜੰਗਾਂ ਨੇ ਇਹ ਇੱਕ ਕਿਸੇ ਵੀ ਦੇਸ਼ ਨੂੰ ਜੇ ਆਪਣੇ ਦੇਸ਼ ਦਾ ਵੀ ਤੁਸੀਂ ਉਦਾਹਰਣ ਲਾਓਗੇ ਤੇ ਸਾਡੇ ਕੋਲ ਮਹੀਨੇ ਤੂੰ ਕੱਟਦਾ ਅਸਲਾ ਸੀ ਬਾਰੂਦ ਸੀ ਜਿਹੜਾ ਕਿ ਮੈਂ ਕਿਸੇ ਸਰਕਾਰ ਦਾ ਨਾਮ ਲੈ ਬਿਨਾਰੇ ਕਹਿ ਸਕਣਾ ਕਿ ਆਉਣ ਵਾਲੀਆਂ ਸਰਕਾਰਾਂ ਨੇ ਉਹਨੂੰ ਵਧਾ ਕੇ ਬਖਤਰ ਦੇਂਦਾ ਕੀਤਾ ਪਰ ਤੁਸੀਂ ਇਮੇਜਿਨ ਕਰੋ ਬੰਦਾ ਸਿੰਘ ਬਹਾਦਰ ਨੇ ਗਰੀਲਾ ਵਾਰ ਦੇ ਨਾਲ 6 ਸਾਲ ਮੁਗਲ ਸੰਤਰਾ ਦੀ 2.5 ਲੱਖ ਸੈਨਾ ਨੂੰ ਆਰੇ ਲਾ ਕੇ ਰੱਖਿਆ ਔਰ ਉਹਨਾਂ ਦੇ ਵੱਡੇ ਵੱਡੇ ਜਨਰਲਾਂ ਦਾ ਖਾਤਮਾ ਕੀਤਾ ਤੁਸੀਂ ਮੁਗਲਾਂ ਦੀ ਕੋਈ ਫਾਈਟ ਪੜੋਗੇ ਉਹ ਜਦੋਂ ਵੀ ਫਾਈਟ ਕਰਨ ਜਾਂਦੇ ਸੀ ਉਹਨਾਂ ਦਾ ਕੋਈ ਨਾ ਕੋਈ ਇੱਕ ਸਿਪੇਸਦਾਰ ਨਿਯੁਕਤ ਹੁੰਦਾ ਸੀ ਉਹੀ ਸਿਪੇਸਦਾਰ ਜੰਗ ਲੜਨ ਜਾਂਦਾ ਸੀ ਸੈਨਾਪਤੀ ਦੇ ਰੂਪ ਵਿੱਚ ਮਗਰ ਬੰਦਾ ਸਿੰਘ ਬਹਾਦਰ ਨਾਲ ਲੜਨ ਵਾਸਤੇ ਤਿੰਨ ਬਾਦਸ਼ਾਹ ਬਾਦਰ ਸ਼ਾ ਉਹਦਾ ਬੇਟਾ ਅਗੋਂ ਆਪਣੇ ਜਹਾਂਦਾਰ ਉਸ ਤੋਂ ਅੱਗੇ ਫਰਖਸ਼ੀਰ ਤੇਨ ਸਮਰਾਟ ਖੁਦ ਮੈਦਾਨੇ ਜੰਗ ਵਿੱਚ ਜਾ ਕੇ ਬੰਦਾ ਸਿੰਘ ਬਹਾਦਰ ਨਾਲ ਲੜਦੇ ਨੇ ਇਸ ਤੂੰ ਸੀ ਬੰਦਾ ਸਿੰਘ ਬਹਾਦਰ ਦੀ ਪਾਵਰ ਟੈਕਟਿਕਸ ਪਲੈਨਿੰਗ ਉਹਨੂੰ ਇਮੇਜਨ ਕਰ ਸਕਦੇ ਹੋ ਕਿਸ ਤਰ੍ਹਾਂ ਉਹਦੇ ਖਾਨੇ ਖਾਨ ਜਿਹੜਾ ਸੈਨਾਪਤੀ ਸੀ ਜਿੰਨੂੰ ਕਿ ਬਾਦਰ ਸ਼ਾ ਕੁੱਤਾ ਕਹਿ ਕੇ ਕਹਿੰਦਾ ਵੀ ਤੂੰ ਕੁੱਤਾ ਹੈ ਜਿਹੜਾ ਕਿ ਇਹ ਗਿੱਦੜਾ ਨੂੰ ਨਹੀਂ ਫੜ ਸਕਿਆ ਬੰਦਾ ਸਿੰਘ ਬਹਾਦਰ ਨੂੰ ਤੇ ਤੂੰ ਮੇਰਾ ਹਾਲ ਕੀ ਕਰ ਦਿੱਤਾ ਉਸ ਇਸ ਇਲਾਕੇ ਜਿਹ ਮੈਨੂੰ ਜੰਗ ਵਾਸਤੇ ਲੈ ਆਇਆ ਉਸ ਇਲਾਕੇ ਦੀ ਟੋਪੋਗ੍ਰਾਫੀ ਉਸ ਇਲਾਕੇ ਦੀ ਪਲੈਨਿੰਗ ਨਕਸ਼ਾ ਤੇਰੇ ਕੋਲ ਹੈ ਹੀ ਨਹੀਂ ਜਿਹੜਾ ਲੋਗਰ ਦੁਨੀਆ ਦਾ ਸਭ ਤੋਂ ਵੱਡਾ ਕਿਲਾ 2016 ਚ ਦੀ ਖੋਜ ਕੀਤੀ ਗਈ ਹੈ ਉਹ ਦੁਨੀਆ ਦੇ ਮਹਾਂਚਿੱਤਰ ਤੇ ਤਾਂ ਵੀ ਨਹੀਂ ਸੀਗਾ ਜੀ ਔਰ ਅੱਜ ਵੀ ਵਿਡਮਨਾ ਦੀ ਗੱਲ ਹੈ ਅੱਜ ਵੀ ਦੁਨੀਆ ਦੇ ਮਹਾਂਚਿੱਤਰ ਨਹੀਂ ਹੈਗਾ ਹੁਣ ਉਹ ਖੋਜ ਕੇ ਆ ਗਿਆ ਔਰ 2016 ਤੋਂ ਬਾਅਦ ਜਿੰਨਾ ਉਹਦੇ ਕੰਮ ਹੋਇਆ ਉਸ ਤੋਂ ਉਪਰ ਬੁੱਕ ਛਪੀਆਂ ਨੇ ਵੈਬਸਾਈਟ ਹੈ ਹੁਣ ਤਾਂ ਸਾਰਾ ਬੱਚਾ ਬੱਚਾ ਦੁਨੀਆ ਦਾ ਕਹਿੰਦਾ ਹੈ ਮੇਰਾ ਵੀ ਅਕੈਡਮੀ ਦੇ ਮਾਧਿਅਮ ਤੋਂ ਔਰ ਲੋਗੜ ਦੀ ਟੀਮ ਦੇ ਮਾਧਿਅਮ ਤੋਂ ਪੂਰੀ ਦੁਨੀਆ ਚ ਜਾਣਾ ਹੋਇਆ ਮੈਂ ਕੈਨੇਡਾ ਸਾਰਾ ਈਸਟ ਟੂ ਵੈਸਟ ਯੂ ਐਸ اے ਸਾਰਾ ਈਸਟ ਟੂ ਵੈਸਟ ਔਰ ਤੰਦਸਿਆ ਇੰਡੀਆ ਦੇ ਚ ਵੀ ਸਾਊਥ ਟੂ ਨੌਰਥ ਸਾਰੇ ਸਟੇਟਸ ਜੋ ਕਿ ਆਇਆ ਅੱਜ ਬੱਚਾ ਬੱਚਾ ਲੋਗੜ ਨੂੰ ਜਾਣਦਾ ਹੈ ਤੁਸੀਂ ਇੰਟਰਨੈਟ ਤੇ ਲੋਗੜ ਮਾਰੋ ਟਾਂਡਾ ਮਾਰੋ ਲੱਖੀਸ਼ਾ ਬੰਜਾਰਾ ਮਾਰੋ ਬੰਦਾ ਸਿੰਘ ਮਾਦਰ ਕਿਸੇ ਨੂੰ ਵੀ ਟਿਕ ਕਰੋ ਤੈਨੂੰ ਸਾਰੀ ਜਾਣਕਾਰੀ ਮਿਲੇਗੀ ਬਗਰੇਸ ਨੂੰ ਕੋਈ ਜਾਣਦਾਨੀ ਸੀ ਇੱਥੇ ਅਸੀਂ ਹਿੰਦੁਸਤਾਨ ਦੇ ਅੰਦਰ ਚ ਤੋੜਗੜ 600 ਏਕੜ ਦੇ ਕਿਲੇ ਨੂੰ ਦੁਨੀਆ ਦਾ ਭਾਰਤ ਦਾ ਸਭ ਤੋਂ 3300 ਏਕੜ ਦੇ ਸਿੰਧh ਵਿੱਚ ਪਾਕਿਸਤਾਨ ਦੇ ਵਿੱਚ ਕਿਲ੍ਹੇ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਕਿਲਾ ਕਹਿੰਦੇ ਆ ਔਰ ਤੁਹਾਡੇ ਆਪਣੇ ਹਰਪਾਰਤ ਦੇ ਅੰਦਰ ਤੁਹਾਡੀ ਸਟੇਟ ਹਰਿਆਣਾ ਦੇ ਅੰਦਰ 7000 ਏਕੜ ਦਾ ਦੁਨੀਆਂ ਦਾ ਸਭ ਤੋਂ ਵੱਡਾ ਕਿਲਾ ਪਿਆ ਜਿਹਦੇ ਆਰਕੀਓਲੋਜੀਕਲ ਆਰਕਾਈਵ ਰੈਵਨਿਊ ਔਰ ਸਾਰੇ ਰਿਕਾਰਡ ਸਾਡੇ ਕੋਲ ਅੱਜ ਅਵੇਲੇਬਲ ਨੇ ਐਵਿਡੈਂਸ ਅਵੇਲੇਬਲ ਨੇ ਉਹਨਾਂ 'ਤੇ ਕਿਤਾਬਾਂ ਮੈਟਰ ਸਭ ਕੁਝ ਆ ਚੁੱਕਾ ਹੈ ਉਹਦੀ ਕੰਸਟਰਕਸ਼ਨ ਨੂੰ ਅਸੀਂ ਸਟੱਡੀ ਕਰਕੇ ਲੋਕਾਂ ਦੇ ਸਾਹਮਣੇ ਰੱਖਿਆ ਕਿ ਉਹਨੂੰ ਬਣਾਉਣ ਚ ਕਿੰਨਾ ਸਮਾਂ ਲੱਗਿਆ ਕਿੰਨੇ ਬਣਾਉਣਾ ਸ਼ੁਰੂ ਕੀਤਾ ਕਦੋਂ ਬਣਿਆ ਕਿੰਨੇ ਚਿਰਚ ਬਣਿਆ ਇਹ ਸਾਰੀ ਅਸੀਂ ਇਹਦੀ ਉਹਦੀ ਸਟੱਡੀਜ਼ ਕਰਕੇ ਰਿਸਰਚ ਕਰਕੇ ਪਬਲਿਕ ਦੇ ਸਾਹਮਣੇ ਰੱਖੀ ਐ ਔਰ ਉਹਦੀ ਸਾਹਮਣੇ ਬਣ ਰੱਖੀ ਔਰ ਅੱਜ ਇੱਥੇ ਮਾਤਾ ਹਰਕੀ ਦੇਵੀ ਕਾਲਜ ਵਿੱਚ ਮੈਂ ਇੰਨਾ ਖੁਸ਼ ਹਾਂ ਕਿ ਮੈਂ ਜਦੋਂ ਇਹ ਟੂਰ ਲੈ ਕੇ ਨਿਕਲਿਆ ਸੀ ਕਰਨਾਲ ਤੋਂ ਚੰਡੀਗੜ੍ਹ ਤੋਂ ਕਿ ਮੈਂ ਇਧਰ ਕੈਥਲ ਹੁੰਦੇ ਹੋਏ ਪੂਨਾ ਫਤਿਹਬਾਦ ਹੁੰਦੇ ਹੋਏ ਸਾਰ ਵਾਲੇ ਪਾਸੇ ਮੁੜਨਾ ਸੀ ਮੈਨੂੰ ਇੱਕ ਸ਼ਿਰਸਾ ਦੇ ਦੋਸਤ ਦੀ ਕਾਲ ਆਈ ਫਿਰ ਅ ਸੁਖੀ ਜਸ ਅਨ ਸੁਰੂਜਾ ਸਾਹਿਬ ਦੀ ਕਾਲ ਆਈ ਤੇ ਗੁਰਿੰਦਰ ਜੀ ਪਤਾ ਲੱਗਿਆ ਤੁਸੀਂ ਅਕੈਡਮੀ ਤੋਂ ਸਾਡੇ ਇਲਾਕੇ ਵੱਲ ਆ ਰਹੇ ਹੋ ਤੁਸੀਂ ਸਾਡੇ ਨਾਲ ਪ੍ਰੋਗਰਾਮ ਕਰਨਾ ਤੇ ਮੈਂ ਫਿਰ ਸਿਰਸਾ ਨੂੰ ਮੁੜ ਕੇ ਰਾਣੀਆਂ ਜਾ ਕੇ ਉੱਥੋਂ ਦੇ ਸਤਕਾਰਨ ਨਾਲ ਮਿਲਿਆ ਇੰਨਾ ਮਨ ਖੁਸ਼ ਹੋਇਆ ਕਿ ਕਿਸ ਤਰ੍ਹਾਂ ਉਹਨਾਂ ਲੋਕਾਂ ਨੇ ਪਲੈਨਿੰਗ ਨਾਲ ਸਾਰੀ ਸਾਡੇ ਸਾਹਮਣੇ ਗੱਲ ਰੱਖੀ ਪੰਜਾਬੀ ਦੀ ਹਰਿਆਣੇ ਦੇ ਅੰਦਰ ਸੈਕੰਡ ਲੈਂਗੁਏਜ ਸਟੇਟਸ ਦੀ ਗੱਲ ਰੱਖੀ ਔਰ ਮੈਂ ਵੀ ਉਹਨਾਂ ਨੂੰ ਦੇਖਿਆ ਵੀ ਆਓ ਅਸੀਂ ਸਿਰਫ ਇਲੈਕਸ਼ਨਾਂ ਦੇ ਟਾਈਮ ਅਖਬਾਰਾਂ ਦੇ ਮਾਧਿਅਮ ਤੋਂ ਔਰ ਖਾਲੀ ਫੰਕਸ਼ਨ ਦੇ ਮਾਧਿਅਮ ਤੋਂ ਸੈਕੰਡ ਲੈਂਗੁਏਜ ਸਟੇਟਸ ਦੀ ਨਾ ਗੱਲ ਕਰੀਏ ਆਓ ਅਸੀਂ ਸਭ ਤੋਂ ਪਹਿਲੇ ਨੂੰ ਕਨਸਟੀਟਿਊਸ਼ਨਲ ਸਟੱਡੀ ਕਰੀਏ ਜੀ ਬਿਲਕੁਲ ਜਦੋਂ ਮੈਂ ਕਿਸੇ ਨੂੰ ਪੁੱਛਣਾ ਵੀ ਸੈਕੰਡ ਲੈਂਗੁਏਜ ਸਟੇਟਸ ਦਾ ਅਰਥ ਕੀ ਹੈ ਜੀ ਤੇ ਲੋਕਾਂ ਨੂੰ ਕੋ ਬਹੁਤ ਜ਼ਿਆਦਾ ਨਹੀਂ ਪਤਾ ਬਸ ਇਹੀ ਪਤਾ ਵੀ ਜੇ ਸੈਕੰਡ ਲੈਂਗੁਏਜ ਹੈ ਤਾਂ ਮਤਲਬ ਬੱਲੇ ਬੱਲੇ ਹੋ ਗਈ ਬਸ ਇਸ ਤੋਂ ਬਾਅਦ ਕੁਝ ਨਹੀਂ ਪਤਾ ਮੈਨੂੰ ਹੁਣ ਵੀ ਯਾਦ ਆਉਂਦਾ ਹੈ ਕਿ ਮੇਰੇ ਨਾਲ ਇੱਕ ਸਹਿਯੋਗੀ ਸਾਡੇ ਮੈਡਮ ਨੀਹਾ ਦਵਨ ਬੈਠੇ ਨੇ ਇੱਕ ਸੈਮੀਨਾਰ ਦੇ ਅੰਦਰ ਇਹਨਾਂ ਨੇ ਪੰਜਾਬੀ ਲੈਂਗੁਏਜ ਸਟੇਟਸ ਦਾ ਜੋ ਇੱਕ ਆਈਨੀ ধারা ਹੈ ਉਹਦੇ ਬਾਰੇ ਉਹਦੇ ਆંકੜਿਆਂ ਬਾਰੇ ਸਾਡੇ ਸਾਹਮਣੇ ਗੱਲ ਰੱਖੀ ਸੀ ਇਹੇ ਮੋਂਨ ਗੱਲ ਰੱਖੀ ਹੈ ਵੀ ਤੁਸੀਂ ਕੇਵਲ ਮੰਗਾ ਹੀ ਨਾ ਕਰੀ ਜਾਓ ਤੁਸੀਂ ਪਹਿਲਾਂ ਪੜੋ ਵੀ ਇਹਦਾ ਆਈਨੀ ਪੋਜੀਸ਼ਨ ਕੀ ਆ ਇਹਦਾ ਕਾਨੂੰਨੀ ਪੋਜੀਸ਼ਨ ਕੀ ਆ ਸੈਕੰਡ ਲੈਂਗੁਏਜ ਸਟੇਟਸ ਵਰਡ ਦੇ ਤੁਸੀਂ ਕਿਸੇ ਵੀ ਦੇਸ਼ ਨੂੰ ਪੜੋ ਕਿਸੇ ਵੀ ਪ੍ਰਦੇਸ਼ ਨੂੰ ਪੜੋ ਵੀ ਸੈਕੰਡ ਲੈਂਗੁਏਜ ਸਟੇਟਸ ਜਿੱਥੇ ਵੀ ਹੈ ਉਹਦਾ ਅਰਥ ਕੀ ਹੈ ਉਹਦੇ ਮਤਲਬ ਮਾਇਨੇ ਕੀ ਨੇ ਔਰ ਫਿਰ ਆਪਣੇ ਸਟੇਟ ਨੂੰ ਉਹਦੇ ਨਾਲ ਕੰਪੇਅਰ ਕਰੋ ਕੰਪੇਅਰ ਕਰਕੇ ਜਿੱਥੇ-ਜਿੱਥੇ ਤੁਸੀਂ ਮਹਿਸੂਸ ਕਰਦੇ ਹੋ ਇਹਦੇ ਵਿੱਚ ਘਾਟ ਹੈ ਔਰ ਉਹਨੂੰ ਪੜੋ ਉੱਥੇ ਬੈਠੇ-ਬੈਠੇ ਇੱਕ ਬੜਾ ਸ਼ਾਨਦਾਰ ਵਿਚਾਰ ਆਇਆ ਵੀ ਇੱਕ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਸਾਡੀ ਮਾਤਰ ਭਾਸ਼ਾ ਮਾਂ ਸਾਡੀ ਲਗੂ ਤੂੰ ਕਰ ਤੇ ਪੜਾ ਤੂੰ ਤੇ ਧੱਕੇ ਨਾਲ ਪੜਾ ਉਹ ਵੀ ਸਾਨੂੰ ਪੜਾ ਜੀ ਤੇ ਕਿਉਂ ਨਾ ਅਸੀਂ ਖੁਦ ਵੀ ਪ੍ਰਿਆਸ ਕਰੀਏ ਮੈਨੂੰ ਉਹ ਮਾਵਾਂ ਦੱਸਣ ਜਿਨ੍ਹਾਂ ਮਾਵਾਂ ਨੇ ਕੁਲਫੀ ਚਾਕਲੇਟ ਔਰ ਪੀਜ਼ੇ ਤੂੰ ਛੱਡ ਕੇ ਵਧੀਆ ਟੀ-ਸ਼ਰਟਾਂ ਔਰ ਜੁੱਤੀਆਂ ਤੂੰ ਛੱਡ ਕੇ ਬੱਚਿਆਂ ਨੂੰ ਪੰਜਾਬੀ ਦੇ ਕੈਦੇ ਲੈ ਕੇ ਦਿੱਤੇ ਹੁਣ ਹਮ ਔਰ ਐਸੇ ਕੈਦੇ ਤੂੰ ਸਾਡੇ ਇੱਕ ਮੰਨ ਚ ਕੈਦਾ ਨੂਰ ਮਹਾਰਾਜਾ ਰਜੀਤ ਸਿੰਘ ਨੇ ਜਿਹੜਾ ਘਰ ਘਰ ਪਹੁੰਚਾਇਆ ਸੀ ਜਿਹਨੂੰ ਅੰਗਰੇਜ਼ਾਂ ਨੇ ਬੜੀ ਚਲਾਕੀ ਨਾਲ ਉਸ ਵਕਤ ਤੋ ਤਲਵਾਰ ਨੂੰ 1 ਆਨੇ ਚ ਔਰ ਕੈਦੇ ਨੂੰ 6 ਆਨੇ ਚ ਦੇ ਕੇ ਸਾਡੇ ਘਰ ਘਰੋਂ ਕੈਦੇ ਬਾਹਰ ਕਢਾ ਕੇ ਸਾੜ ਦਿੱਤੇ ਸਨ ਉਹੀ ਬੇਕੂਫੀਆਂ ਹੁਣ ਨਾ ਕਰੀਏ ਆਪਣੇ ਬੱਚਿਆਂ ਨੂੰ ਵਧੀਆ ਪਿਕਟ ਟਿਟੋਰੀਅਲ ਅਸੀਂ ਕੈਦੇ ਲੈ ਕੇ ਦਈਏ ਤਾਂਕਿ ਬੱਚੇ ਊੜਾ ਐੜਾ ਪੜਨ ਦੇਖਣ ਤਾਂ ਸਹੀ ਉਹ ਥੋੜੀ ਸਰਕਾਰ ਨੇ ਤੁਹਾਡੇ ਘਰਾਂ ਕੇ ਕੈਦੇ ਦੇਣੇ ਨੇ ਔਰ ਦੂਸਰੀ ਗੱਲ ਸਾਡਾ ਜਿਹੜਾ ਵੀ ਪਰਿਵਾਰ ਥੋੜਾ ਜਿਹਾ ਵੀ ਐਫੂਲੈਂਟ ਹੈ ਜਿਹਦੀ ਵੀ ਥੋੜੀ ਜੀ ਸਮਾਜਿਕ ਆਮਦਨ ਗੁਜ਼ਾਰ ਲੈਕ ਹੈ ਉਹ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਨਾਲ ਪੜਾ ਕੇ ਪਬਲਿਕ ਸਕੂਲਾਂ ਚ ਵੜਾ ਰਿਹਾ ਤੇ ਕਿੱਥੇ ਕਿੱਥੇ ਤੁਸੀਂ ਜ਼ਬਰਦਸਤੀ ਕਰ ਸਕਦੇ ਹੋ ਚਲੋ ਸਰਕਾਰਾਂ ਨੂੰ ਕਵਾਂਗੇ ਸਰਕਾਰਾਂ ਕੁਝ ਲਾਗੂ ਕਰ ਦੇਣਗੀਆਂ ਕੁਝ ਰਹਿ ਜਾਏਗਾ ਕੁਝ ਚੱਲਦਾ ਰਹੇਗਾ ਲੇਕਿਨ ਪ੍ਰਾਈਵੇਟ ਸਕੂਲ ਤਾਂ ਸਰਕਾਰ ਦੇ ਜਿਹੜੇ ਏਡ ਨਹੀਂ ਲੈਂਦੇ ਉਹ ਕੰਟਰੋਲ 'ਚ ਨਹੀਂ ਹੈਗੇ ਸੀਬੀਐਸਸੀ ਵੱਲੋਂ ਸੈਂਟਰ ਵੱਲੋਂ ਕੋਈ ਮੰਡੈਟਰੀ ਨਹੀਂ ਪੰਜਾਬੀ ਇਹਦਾ ਮਤਲਬ ਕੁਝ ਨਾ ਕੁਝ ਜ਼ਿੰਮੇਵਾਰੀ ਸਾਡੀ ਮਾਵਾਂ ਦੀ ਭੈਣਾਂ ਦੀ ਪਿਓ ਦੀ ਪਿਓ ਦਾ ਫਰਜ਼ ਹੈ ਕਿ ਇਹਦਾ ਲੈ ਕੇ ਆਵੇ ਮਾਂ ਦਾ ਫਰਜ਼ ਹੈ ਕਿ ਇਹਦੇ ਨੂੰ ਆਪ ਵੀ ਪੜੇ ਸਾਡੀ ਬਥੇਰੀ ਮਾਵਾਂ ਤਾਂ ਖੁਦ ਕਾਣ ਮੇਰੀ ਵਾਈਫ ਐ ਚਾਹੇ ਹੋਰ ਐ ਅਸੀਂ ਹੋਰ ਅਧਾਇਰੇ ਦੇਖ ਰਹੇ ਆ ਜਿਹੜੇ ਕਿ ਪਬਲਿਕ ਸਕੂਲਾਂ ਚ ਪੜ੍ਹੇ ਨੇ ਉਹ ਜਾਂ ਹੋਰ ਜੰਗਰ ਜਨਰੇਸ਼ਨ ਆ ਰਹੀ ਐ ਉਹਨਾਂ ਨੂੰ ਪੰਜਾਬੀ ਦਾ ਇਲੇਮ ਹੀ ਨਹੀਂ ਹੈਗਾ ਉਹ ਆਪਣੇ ਬੱਚਿਆਂ ਨੂੰ ਕਿੱਥੋਂ ਪੜਾਉਣ ਗਿਆ ਹੋਰ ਅੱਗੇ ਆ ਜਾਓ ਜਿਹੜੇ ਸਾਡੇ ਮਹਾਪੁਰਸ਼ ਨੇ ਜਿਹਨੂੰ ਅਸੀਂ ਚੋਲਿਆਂ ਵਾਲੇ ਬਾਬੇ ਕਿਸੇ ਵੀ ਰੂਪ ਚ ਕਹਿੰਦੇ ਆ ਉਹਨਾਂ ਦੇ ਅਸੀਂ ਜਦੋਂ ਗੁਰਦੁਆਰੇ ਆਸਾਨ ਜਗਾ ਜਾਂਦੇ ਆ ਅਸੀਂ ਇਹ ਦੇਖਦੇ ਹਾਂ ਚਿੱਟਾ ਪੱਥਰ ਦੁਨੀਆ ਦਾ ਸਭ ਤੋਂ ਮਹਿੰਗਾ ਉੱਥੇ ਲੱਗਾ ਹੋਇਆ ਲੰਗਰ 'ਚ ਉੱਥੇ 14 14 20 20 ਪਕਵਾਨ ਹੈਗੇ ਨੇ ਬਿਹਤਰੀਨ ਤੋਂ ਬਿਹਤਰੀਨ ਸਮਾਗਮ ਹੋ ਰਹੇ ਨੇ ਪਰ ਜਦੋਂ ਅਸੀਂ ਕਿਸੇ ਵੀ ਵਧੀਆ ਤਕੜੇ ਇਸ ਤਰ੍ਹਾਂ ਦੇ ਆ ਮਹਾਪੁਰਸ਼ਾਂ ਨਾਲ ਗੱਲ ਕਰਨਿਆ ਵੀ ਵਿਦਿਆਰਥੀ ਸਕੂਲ ਦੇ ਬਾਰੇ ਉਹਨਾਂ ਦੀ ਕੀ ਪਲੈਨਿੰਗ ਹੈ ਤੇ ਬਹੁਤ ਘੱਟ ਐਸੇ ਧਾਰਮਿਕ ਸਥਾਨ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਬੋਲੀ ਨੂੰ ਗੁਰੂ ਨਾਨਕ ਦੀ ਤੁਰਦੀ ਬਾਣੀ ਨੂੰ ਔਰ ਜਿਹੜੀ ਇਹ ਸਾਡੇ ਕੋਲ ਲਿਪੀ ਆਈ ਹੈ ਗੁਰੂ ਨਾਨਕ ਦੀ ਦਿੱਤੀ ਹੋਈ ਇਹਦੇ ਕਾਲਜ ਸਕੂਲ ਤਾਂ ਉਹਨਾਂ ਹੀ ਨਹੀਂ ਬਣਾਏ ਜੀ ਜਿਸ ਨੂੰ ਅਸੀਂ ਖੁਦ ਨਹੀਂ ਕਰ ਰਹੇ ਉਸ ਨੂੰ ਦੂਸਰੇ ਨੂੰ ਅਸੀਂ ਕਹਿ ਰਹੇ ਧੱਕੇ ਨਾਲ ਕਰੋ ਇਹ ਨਹੀਂ ਮੈਂ ਕਹਿੰਦਾ ਕਿ ਸਰਕਾਰਾਂ ਨੂੰ ਨਾ ਕੋ ਸਰਕਾਰਾਂ ਨੂੰ ਵੀ ਕਹੋ ਸਰਕਾਰਾਂ ਤੇ ਵੀ ਦਬਦਬਾ ਬਣਾਓ ਸਮੇਂ ਆਣ ਤੇ ਜ਼ੋਰ ਨਾਲ ਵੀ ਕਹੋ ਲੇਕਿਨ ਅਸੀਂ ਆਪ ਵੀ ਇਹ ਕੰਮ ਕਰੀਏ ਆਪਣੇ ਬੱਚਿਆਂ ਨੂੰ ਕਹਦੇ ਪੜhaiਏ ਆਪਣੇ ਬੱਚਿਆਂ ਨੂੰ ਪੰਜਾਬੀ ਚ ਗੱਲ ਕਰੀਏ ਔਰ ਆਪਣੇ ਧਾਰਮਿਕ ਅਧਾਰੇ ਜਿੱਥੇ ਅਸੀਂ ਰੋਜ਼ਾਨਾ ਜਾਂ ਇੱਕ ਰੈਗੂਲਰ ਜਾਂਦੇ ਹਾਂ ਔਰ ਜਿਨ੍ਹਾਂ ਦੇ ਕਹਦੇ ਅਸੀਂ ਆਪਣੀ ਜੀਵਨ ਦੀ ਵਿਚਾਰਧਾਰਾ ਨੂੰ ਚਲਾਣੇ ਹਾਂ ਜਿਨ੍ਹਾਂ ਨੂੰ ਅਸੀਂ ਮਾਨ ਸਨਮਾਨ ਦਿੰਨੇ ਹਾਂ ਉਹ ਵੀ ਔਰ ਜਿਹੜੀ ਸਾਡੀ ਸਿੱਖ ਜਾਂ ਪੰਜਾਬੀ ਸਾਡੀ ਸੰਸਤਾਵਾਂ ਨੇ ਇਹ ਵੀ ਹਾਇਰ ਐਜੂਕੇਸ਼ਨ ਜਿਹੜਾ ਹੈ ਜਾਂ ਮਿਡਲ ਐਜੂਕੇਸ਼ਨ ਹੈ ਜਾਂ ਬੇਸਿਕ ਐਜੂਕੇਸ਼ਨ ਹੈ ਪੰਜਾਬੀ ਚ ਇਹ ਲੋਕ ਵੀ ਜੁੜਨੇ ਚਾਹੀਦੇ ਨੇ ਮੈਂ ਇਥੋਂ ਦੇ ਸਹਿਤਕਾਰਕ ਚਾਹੇ ਉਹ ਢੱਬੂ ਵਾਲੀ ਦੇ ਨੇ ਚਾਹੇ ਰਾਣੀਆਂ ਦੇ ਨੇ ਚਾਹੇ ਇੱਧਰ ਓਥਾਨ ਓਥਾਂ ਉਡਾਨ ਕੇ ਕਿੱਦਾਂ ਬੋਲਦੇ ਹੋ ਓਡਾਂ 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 ਚਾਹੇ ਓਡਾਂ ਦੇ ਨੇ ਔਰ ਚਾਹੇ ਸਿਰਸਾ ਦੇ ਨੇ ਮੈਂ ਸਾਰੇ ਸਹਿਤਕਾਰਾਂ ਨੂੰ ਮਾਣ ਉਸਮਾਨ ਔਰ ਪਿਆਰ ਨਾਲ ਬਹੁਤ ਸਤਿਕਾਰ ਭਰ ਧੰਨਵਾਦ ਕਰਨਾ ਕਿ ਇਸ ਇਲਾਕੇ ਚ ਪੰਜਾਬੀਆਂ ਦੀ ਜੋ ਅਲੱਗ ਤੁਸੀਂ ਜਗਾ ਕੇ ਰੱਖੀ ਹੋਈ ਹੈ ਜੋ ਤੁਸੀਂ ਇਥੋਂ ਦੇ ਪੰਜਾਬੀ ਨੂੰ ਜ਼ਿੰਦਾ ਰੱਖਿਆ ਹੋਇਆ ਹੈ ਇਹ ਤੁਹਾਡੀ ਬਹੁਤ ਵੱਡੀ ਦੇਣ ਹੈ ਬਾਕੀ ਸਾਡੇ ਇਲਾਕੇ ਇਸ ਨੂੰ ਕਾਫੀ ਕਹਿਣ ਨੂੰ ਸਮ੍ਰਿੱਧ ਨੇ ਕਿਉਂਕਿ ਉੱਥੇ ਵਧੀਆ ਏਸੀ ਵਧੀਆ ਗੱਡੀਆਂ ਨੇ ਵਧੀਆ ਸ਼ਾਇਦ ਮਕਾਨ ਵੀ ਨੇ ਲੇਕਿਨ ਪੰਜਾਬੀਅਤ ਪ੍ਰੂਫਲੀਟ ਜੋ ਇਸ ਇਲਾਕੇ 'ਚ ਹੈ ਉਹ ਮੈਂ ਬਹੁਤ ਵਧਾਈ ਦੇ ਪਾਤਰ ਹਾਂ ਔਰ ਮੈਂ ਚਾਹਨਾ ਇਹੀ ਅਲਕ ਸਾਡੇ ਬਾਕੀ ਇਲਾਕਿਆਂ ਚ ਵੀ ਜਾਵੇ ਸਾਡੇ ਬਾਹਰ ਜਾਂਦੇ ਬੱਚਿਆਂ ਨੂੰ ਵੀ ਤੁਸੀਂ ਇੱਕ بڑا ਸਾਡਾ ਐਂਟਰਟੇਨ ਦਾ ਮਾਧਿਅਮ ਹੈ ਪੰਜਾਬੀ ਮੂਵੀ ਜੀ ਬੱਚੇ ਨੂੰ ਚਾਹ ਪੰਜਾਬੀ ਨਹੀਂ ਵੀ ਆਂਦੀ ਉਹਨੂੰ ਜ਼ਬਰਦਸਤੀ ਪੰਜਾਬੀ ਮੂਵੀ ਦਿਖਾਣ ਲੈ ਕੇ ਜਾਓ ਜੀ ਤੋ ਉਹਨੂੰ ਕੁਝ ਸਾਰੀ ਫਿਲਮ ਦੇ ਅੰਦਰ ਦੋ ਡਾਇਲੋਗ ਦੋ ਉਹਦੇ ਚੁਟਕਲੇ ਜਾਂ ਦੋ ਕੋ ਅਛੀਆਂ ਗੱਲਾਂ ਮਾੜੀਆਂ ਗੱਲਾਂ ਕੁਝ ਨਾ ਪੰਜਾਬੀ ਆਏਗੀ ਜੀ ਇਸ ਤਰ੍ਹਾਂ ਸਾਡਾ ਮਿਲਾਜੁਲਾ ਪ੍ਰਯਾਸ ਹੈ ਅਸੀਂ ਵੀ ਆਪਣਾ ਪ੍ਰਯਾਸ ਕਰ ਰਹੇ ਹਾਂ ਸ਼ਬਦ ਬੂੰਦ ਰਾਈ ਤੁਸੀਂ ਆਪਣੇ ਆਰਟੀਕਲ ਪੇਸ਼ ਕਰ ਸਕਦੇ ਹੋ ਜਿਹੜੇ ਲੋੜਵੰਦ ਸਾਡੇ ਸਿੱਧਕਾਰ ਨੇ ਅਫੋਰਡ ਨਹੀਂ ਕਰ ਸਕਦੇ ਉਹ ਅਗਰ ਆਪਣੀ ਕਿਤਾਬ ਲਿਖ ਕੇ ਅਕੈਡਮੀ ਨੂੰ ਦਿੰਦੇ ਨੇ ਖਰੜੇ ਦਿੰਦੇ ਨੇ ਜਿਹਦੇ ਅੰਦਰ ਸਰਕਾਰ ਦੇ ਖਿਲਾਫ ਔਰਤ ਦੇ ਖਿਲਾਫ ਔਰ ਧਰਮ ਦੇ ਖਿਲਾਫ ਨਹੀਂ ਲਿਖਿਆ ਹੁੰਦਾ ਉਹਨਾਂ ਦਾ ਅਸੀਂ ਚੈੱਕ ਕਰਕੇ ਮਾਰ ਉਹਨਾਂ ਨੂੰ ਅਸੀਂ ਛਾਪਣ ਦਾ ਪੂਰਾ ਫਾਈਨੈਂਸ਼ੀਅਲ ਸਪੋਰਟ ਦਿੰਨੇ ਆ ਰੈਦਰ ਛਪਵਾ ਕੇ ਦਿੰਨੇ ਆ ਚਾਹੇ ਤੁਸੀਂ ਆਪਣੀ ਕਿਤਾਬਾਂ ਖੁਦ ਛਾਪੋ ਸਾਡੇ ਕੋਲ ਫਾਈਨੈਂਸ਼ੀਅਲ ਹੈਡ ਲੈ ਲਓ ਚਾਹੇ ਤੁਸੀਂ ਕੰਪਲੀਟ ਕਿਤਾਬ ਸਾਡੇ ਕੋਲ ਛਪਵਾ ਲਓ ਚਾਹੇ ਤੁਸੀਂ ਜੋ ਵੀ ਪੰਜਾਬੀ ਅਧਾਇਰੇ ਵਾਸਤੇ ਮਦਦ ਮੰਗਦੇ ਹੋ ਈਵਨ ਸਾਡੇ ਕੋਲ ਉਹ ਪੰਜਾਬੀ ਰਾਈਟਰ ਜੀ ਅਗਰ ਕੋਈ ਫਾਈਨੈਂਸ਼ੀਅਲੀ ਵੀਕ ਹੈ ਉਹਦੀ ਮੈਡੀਕਲ ਇਲਮੈਂਟ ਆ ਗਈ ਹੈ ਉਹਦੇ ਵਿੱਚ ਵੀ ਰਾਈਟਰ ਨੂੰ ਅਕੈਡਮੀ ਮਦਦ ਕਰ ਸਕਦੀ ਹੈ ਹੋਰ ਵੀ ਕਾਫੀ ਤਰ੍ਹਾਂ ਦੀ ਇਸ ਕਿਸਮ ਦੇ ਹੈਗੇ ਨੇ ਤੁਸੀਂ ਸਕੂਲਾਂ ਦੇ ਅੰਦਰ ਕੰਪੀਟੀਸ਼ਨ ਕਰਾਓ ਬੱਚਿਆਂ ਦਾ ਜੀ ਆ ਕਿੱਧੇ ਕਰਾਓ ਬੱਚਿਆਂ ਦੇ ਪੰਜਾਬੀ ਸਭ ਦਾ ਨਾਲ ਤੁਸੀਂ ਜੋੜੋ ਉਹ ਸਾਰੀ ਚੀਜ਼ਾਂ ਨੂੰ ਅਕੈਡਮੀ ਸਪான்ਸਰ ਕਰ ਸਕਦੀ ਹੈ ਤੁਸੀਂ ਸੈਮੀਨਾਰ ਕਰਵਾਓ ਉਹਨੂੰ ਸਪான்ਸਰ ਕਰ ਸਕਦੀ ਹੈ ਇਸ ਦਾ ਤੇ ਕਾਫੀ ਪਾਵਰਜ਼ ਅਕੈਡਮੀ ਕੋਲ ਹੈਗੀਆਂ ਨੇ ਹਾਂ ਡਾਇਰੈਕਟਲੀ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਜਾਂ ਐਜੂਕੇਸ਼ਨਲ ਕੋ ਡਾਇਰੈਕਟ ਸੰਬੰਧ ਨਹੀਂ ਹੈਗਾ ਕਲਚਰਲ ਜ਼ਰੂਰ ਹੈ ਲੇਕਿਨ ਅਗਰ ਅਸੀਂ ਕਲਚਰਲੀ ਵੀ ਟਿਕ ਗਏ ਤੇ ਐਜੂਕੇਸ਼ਨਲੀ ਅਸੀਂ ਆਪੇ ਟਿਕ ਜਾਵਾਂਗੇ ਇਸ ਨਾਲ ਮੈਂ ਤੁਹਾਨੂੰ ਤਮੀਜਾ ਸਾਹਿਬ ਇੱਕ ਬੜੀ ਚਿੰਤਨ ਦਾ ਵਿਸ਼ਾਏ ਹੈ ਕਿ ਸਾਡੇ ਕੋਲ ਬਾਲ ਸਿਹਤਿਆ ਨਹੀਂ ਹੈ ਬੱਸ ਦਾ ਬੱਸ ਹੈ ਤੇ ਨਹੀਂ ਮਿਲ ਰਿਹਾ ਬੱਚਿਆਂ ਨੂੰ ਲਿਟਰੇਚਰ ਨਹੀਂ ਮਿਲ ਰਿਹਾ ਬੱਚਿਆਂ ਦਾ ਬੱਚਿਆਂ ਦੇ ਲੈਵਲ ਦਾ ਲਿਟਰੇਚਰ ਨਹੀਂ ਮਿਲ ਰਿਹਾ ਕੋਈ ਬੁੱਕਸ ਨਹੀਂ ਮਿਲਦੀਆਂ ਮੈਂ ਹੁਣੇ ਨਾ ਜਦੋਂ ਇੱਕ ਕਾਇਦਾ ਛਪਵਾਉਣ ਦੀ ਤਿਆਰੀ ਕਰ ਰਿਹਾ ਸੀ ਜੀ ਤੇ ਉਸ ਦੌਰਾਨ ਜਦੋਂ ਮੈਂ ਨੈਟ ਤੇ ਪਹਿਲਾ ਅੱਖਰ ਲਿਖਿਆ ਨਾ ਕਿ ਵੀ ਅਸੀਂ ਪੰਜਾਬੀ ਸਿੱਖਣ ਲਈ ਕਾਇਦੇ ਲਈ ਸਰਚ ਮਾਰੀ ਵੀ ਊੜਾ ਐੜਾ ਸਾਨੂੰ ਸਿੱਖਣ ਲਈ ਜਿਹੜਾ ਸਰਚ ਮਾਰੀ ਤੇ ਮੇਰੇ ਗਲਤੀ ਨਾਲ ਹੱਥ ਵੀਡੀਓ ਤੇ ਲੱਗ ਗਿਆ ਜੀ ਜਦੋਂ ਪਹਿਲਾ ਹੱਥ ਮੇਰਾ ਵੀਡੀਓ ਤੇ ਲੱਗਿਆ ਮੇਰੇ ਅੱਗੇ 50 ਵੀਡੀਓ ਆ ਗਈਆਂ ਜਿੱਥੇ ਪੰਜਾਬੀ ਸਿਖਾਉਣ ਲਈ ਉਹ ਅਵੇਲੇਬਲ ਸੀ ਰਿਟਨ ਮਟੀਰੀਅਲ ਕਾਇਦੇ ਹਰ ਦੁਕਾਨ ਤੇ ਅਵੇਲੇ ਬਲੇ ਪਰ ਉਹ ਦੁਕਾਨਦਾਰ ਨੂੰ ਜਾ ਕੇ ਪਿੱਛੋਂ ਵੀ ਕਹ ਦੇ ਕਿੱਥੇ ਨੇ ਕਹਿੰਦਾ ਪਿੱਛੇ ਸਟੋਰ ਚ ਪਏ ਨੇ ਕਹਿੰਦਾ ਕਿਉਂ ਕਹਿੰਦਾ ਕੋਈ ਮੰਗਦਾ ਹੀ ਨਹੀਂ ਨਹੀਂ ਮੇਰੇ ਸਾਨੂੰ ਅਸੀਂ ਫ੍ਰੀ ਛਪਵਾ ਕੇ ਫ੍ਰੀ ਵੰਡਣ ਨੂੰ ਵੀ ਤਿਆਰ ਆ ਸਾਨੂੰ ਇਸ ਇਲਾਕੇ ਚ ਕਿਦੋਂ ਵੀ ਪੰਜਾਬੀ ਦੇ ਕੈਦੇ ਦੀ ਡਿਮਾਂਡ ਆਏਗੀ ਉਹ 1000 5000 ਜਾਂ 50000 ਕੈਦਾ ਤੁਸੀਂ ਮੰਗੋ ਇਹ ਵਾਦਾ ਤੁਸੀਂ ਕਰੋ ਕਰ ਕਰ ਕੈਦਾ ਤੁਸੀਂ ਭੇਜੋਗੇ ਉਹਦਾ ਪ੍ਰੋਵਾਈਡ ਕਰਵਾਉਣ ਦਾ ਅਕੈਡਮੀ ਦੀ ਜ਼ਿੰਮੇਵਾਰੀ ਨਹੀਂ ਵਰਤਮਾਨ ਦੌਰ ਚ ਗੱਲ ਇਹ ਹੈ ਤੁਮ ਜੱਜ ਸਾਹਿਬ ਕੀ ਐਪਸ ਰਾਹੀਂ ਬੱਚਿਆਂ ਦੇ ਉੱਤੇ ਬਹੁਤ ਵੱਡਾ ਹਮਲਾ ਹੋ ਰਿਹਾ ਹੈ ਗੇਮਸ ਰਾਹੀਂ ਜਿੱਥੇ ਮੈਂ ਗੱਲ ਨੂੰ ਲੈ ਕੇ ਜਾਣਾ ਚਾਹਣਾ ਕਿ ਅਕੈਡਮੀ ਐਦਾਂ ਦਾ ਕੋਈ ਪਲਾਨਿੰਗ ਬਣਾ ਰਹੀ ਕੋਈ ਐਪ ਰਾਹੀਂ ਬੱਚਿਆਂ ਨੂੰ ਅਸੀਂ ਸਿਖਾ ਸਕੀਏ ਮੈਂ ਕਹਿ ਰਹੀ ਨਹੀਂ ਸਾਡੇ ਕੋਲ ਤਾਂ ਅਸੀਂ ਤਾਂ ਬੁੱਕਸ ਲਾਈਵ ਬਣਾ ਕੇ ਤੁਹਾਨੂੰ ਦੇ ਰਹੇ ਹਾਂ ਐਪਸ ਦਾ ਫਿਰ ਕੀ ਹੁੰਦਾ ਬਹੁਤ سارے ਲੋਕ smartphone ਨਾਲ ਅਸੀਂ ਕਾਫੀ ਜਨਤਾ ਇਹ ਕਰੋਨਾ ਜੀ ਵੀ ਜੁੜ ਚੁੱਕੀ ਹੈ ਪਹਿਲਾਂ ਵੀ ਜੁੜ ਚੁੱਕੀ ਸੀ ਹੋਰ ਵੀ ਜੁੜੇਗੀ ਇੱਕ ਤਾਂ ਸਾਨੂੰ ਕਦੀ ਵੀ ਜੀ ਸਾਇੰਸ ਐਂਡ ਟੈਕਨੋਲੋਜੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸਾਡੇ ਖਿਲਾਫ ਜਾਂ ਸਾਡੇ ਵਿਰੋਧ ਚ ਹੈ ਜਾਂ ਸਾਨੂੰ ਨੁਕਸਾਨ ਹੈ ਹੁੰਦਾ ਕੀ ਇਹ ਕਾਰ ਹੈ ਜੀ ਬੜੇ ਸੁਖ ਲਈ ਬਣੀ ਹੈ ਉਹ ਪਰਿਵਾਰ ਨੂੰ بارش ਤੂਫਨ ਤੋਂ ਬਚਾ ਕੇ ਇੱਕ ਥਾਂ ਤੋਂ ਦੂਸਰੇ ਥਾਂ ਬੜੇ ਲਿミਟਡ ਟਾਈਮ ਚ ਲੈ ਕੇ ਜਾਂਦੀ ਹੈ ਪਰ ਉਹੀ ਕਾਰ ਜਦੋਂ ਅਸੀਂ ਇੱਕ 14 ਸਾਲ ਦੇ ਬੱਚੇ ਉਹਦਾ ਸਟੀering ਫੜਾ ਦਿੰਦੇ ਆ ਉਹੀ ਕਾਰ ਐਕਸੀਡੈਂਟ ਔਰ ਨੁਕਸਾਨ ਦਾ ਵਿਸ਼ੇ ਬਣ ਜਾਂਦੀ ਹੈ ਤੇ ਇਸੇ ਤਰ੍ਹਾਂ ਐਪ ਹੈ ਇਸੇ ਤਰ੍ਹਾਂ ਸਮਾਰਟ ਟੀਵੀ ਹੈ ਬਜਾਏ ਕਿ ਬੱਚਾ ਤੁਹਾਡਾ ਤੂੰ ਲੁਕ ਕੇ 스마트 ਟੀਵੀ ਇਸਤੇਮਾਲ ਕਰੇ 스마트 ਫੋਨ ਇਸਤੇਮਾਲ ਕਰੇ ਤੁਸੀਂ ਆਪ ਦੇ ਬੱਚੇ ਨੂੰ ਖੁਦ ਕੋਲ ਬੈਠ ਕੇ ਉਹਨੂੰ ਕਹੋ ਬਈ ਆਹ ਗੱਬ ਦੇਖ ਬਟੇ ਪੰਜਾਬੀ ਕਹਿਦਾ ਆਹ ਦੇਖ ਪੰਜਾਬੀ ਸੌਂਗ ਆ ਸਭ ਕੁਝ ਇਹਦੇ ਅੰਦਰ ਹੈ ਪਰ ਅਸੀਂ ਬਟੇ ਕਹਿੰਦੇ ਆ ਯਾਰ ਮੈਨੂੰ ਤਾਂ ਨਹੀਂ ਪਤਾ ਮੋਬਾਈਲ 'ਚ ਕੀ ਆਉਂਦਾ ਔਰ ਸਾਡਾ ਕੋਈ ਅਸਾ ਪੁਰਾਣੀ ਮੇਰੀ ਤਾਂ ਉਮਰ 60 ਸਾਲ ਹੈ ਮੈਂ 80 80 ਸਾਲ ਦੇ ਬੰਦਿਆਂ ਨੂੰ ਦੇਖਿਆ ਉਹ ਫੇਸਬੁੱਕ ਵਾਟਸਐਪ ਵੀਡੀਓ ਸਭ ਕੁਝ ਦੇਖ ਰਹੇ ਹੁੰਦੇ ਨੇ ਪਰ ਜੇ ਬੱਚਿਆਂ ਨਾਲ ਲੈਵਲ ਇੱਕ ਡਿਸਕਸ਼ਨ ਦਾ ਹੋਵੇ ਉਹ ਬਿਦਰਾ ਕਰ ਜਾਂਦੇ ਨੇ ਤੇ ਬੀਬੀ ਜੀ ਮੇਰਾ ਮੰਨਣਾ ਹੈ ਜੀ ਆ ਸਾਡੀ ਇਹ ਸਾਂਝੀ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਹੈ ਅਕੈਡਮੀ ਜੋ ਕਿ ਇੱਕ ਵੱਡਾ ਲਿਮਟਿਡ ਹੈ ਇਸ ਤੇ 10-15 ਬੰਦੇ ਦਾ ਸਟਾਫ ਹੈ ਜਿਹਦੇ ਚੋਂ ਡਰਾਈਵਰ ਪੀਐਨ ਚ ਬੜਾ ਸੀ ਕਲਾਕਾਰ ਐਡਮਿਨਿਸਟ੍ਰੇਟਿਵ ਔਰ ਡਵੈਲਪਮੈਂਟ ਬ੍ਰਾਂਚ ਡਵੈਲਪਮੈਂਟ ਬ੍ਰਾਂਚ ਜਿੱਥੇ ਕੀ ਕੰਮ ਹੁੰਦਾ ਹੈ ਉਥੇ ਮਾਸਾ ਸੱਤ ਆਦਮੀ ਨੇ ਔਰ ਉਹ ਇੱਕ ਡਾਇਰੈਕਟਰ ਇੱਕ ਡਿਪਟੀ ਚੇਅਰਮੈਨ ਬੈਠਾ ਹੈ ਤਾਂ ਮੈਂ ਇਹ ਝੂਠ ਕਵਾਂਗਾ ਕਿ ਅਸੀਂ ਸਾਰੀ ਦੁਨੀਆ ਦੇ ਭ੍ਰਮਾਣ ਨੂੰ ਆਪਣੀ ਰਾਜ ਪਾ ਸਕਨੇ ਹਾਂ ਪਰ ਜਿੰਨੇ ਵੀ ਅਖਰਾਜਤ ਨੇ ਤੁਹਾਡੇ ਸਭ ਦੇ ਪ੍ਰਯਾਸ ਔਰ ਅਸ਼ੀਰਵਾਦ ਨਾਲ ਸਾਡਾ ਬਜਟ ਜਿਹੜਾ ਹੈ ਤਿੰਨ ਗੁਣਾ ਹੁਣੇ ਹੀ ਸ਼ਾਰਟ ਪੀਰੀਅਡ ਕੁਚੇਰ ਪਹਿਲੇ ਤੁਹਾਡੇ ਸਾਰੇ ਡਾਇਰੈਕਟਰਾਂ ਦੇ ਔਰ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਵਧਿਆ ਹੈ ਵਿਨਾਂਸ ਦੀ ਕੋ ਬਹੁਤ ਵੱਡੀ ਕਮੀ ਸਾਡੇ ਕੋਲ ਨਹੀਂ ਹੈਗੀ ਅਵਾਰਡ ਜਿਹੜੇ ਕਿਸੇ ਕਾਰਨ ਤੋਂ ਕਿਛਲੇ 7-8 ਸਾਲਾਂ ਦੇ ਨਹੀਂ ਸੀ ਦਿੱਤੇ ਜਾ ਰਹੇ ਉਹਨਾਂ ਵਾਸਤੇ ਵੀ ਸਪੈਸ਼ਲ ਬਜਟ ਲੈ ਕੇ ਉਹਨਾਂ ਸਾਰਿਆਂ ਦੀ ਅਵਾਰਡ ਮੈਨ ਘਰ ਘਰ ਭੇਜੀ ਗਈ ਹੈ 2017 18 19 20 ਜੀ ਇਹਦੀ ਵੀ ਕਿਤਾਬਾਂ ਦੇ ਅਵਾਰਡ ਲਈ ਇੱਕ ਸੂਚਨਾ ਪੱਤਰ ਇਸ ਹਫਤੇ ਜਾਰੀ ਹੋ ਜਾਏਗਾ ਜਿਨ੍ਹਾਂ ਸੱਜਣਾ ਨੇ ਵੀ 17 18 19 20 ਚ ਕੋਈ ਵੀ ਕਿਤਾਬ ਆਪਣੀ ਛਾਪੀ ਹੈ ਉਹ ਅਵਾਰਡ ਲੈ ਅਕੈਡਮੀ ਨੂੰ ਪੇਸ਼ ਸਕਦੇ ਨੇ ਔਰ ਅਵਾਰਡ ਮਨੀ ਵੀ ਜੋ ਅਸੀਂ ਪੁਰਾਣੇ ਸਾਲਾਂ ਦੀ ਡਿਸਟ੍ਰਿਬਿਊਟ ਕੀਤੀ ਉਹ ਤੋਂ ਡਬਲ ਤਾਂ ਹੁਣ ਹੋ ਚੁੱਕੀ ਹੈ ਔਰ 21 ਦੇ ਅਵਾਰਡ ਸ਼ਾਇਦ ਪਹਿਲੇ ਤੋਂ 4 ਗੁਣਾ ਵੀ ਹੋ ਜਾਣਗੇ ਕਿਉਂਕਿ ਕਿਸੇ ਨੂੰ ਵੀ ਅਸੀਂ ਦੋ ਹੀ ਤਰੀਕੇ ਹੁੰਦੇ ਨੇ ਜਾਂ ਤੇ ਕਿਸੇ ਦੇ ਕੱਪੜੇ ਪਾੜ ਕੇ ਉਹਨੂੰ ਪਿੱਛੇ ਬੁਲਾ ਲਈਏ ਜਾਂ ਰੇਸ ਮਾਰ ਕੇ ਅੱਗੇ ਨਿਕਲ ਜਾਈਏ ਤੇ ਸਾਡਾ ਪ੍ਰਿਆਜ ਰਹਿੰਦਾ ਜਿਆਦਾ ਪ੍ਰੋਸਾਨ ਦੇ ਕਿ ਜਿਆਦਾ ਹਲੇ ਸ਼ਰੀ ਦੇ ਕੇ ਅੱਗੇ ਨਿਕਲਿਆ ਜਾਏ ਔਰ ਅੱਗੇ ਵਧਿਆ ਜਾਏ ਤੇ ਇਸ ਵਾਸਤੇ ਅਸੀਂ ਅਵਾਰਡਾਂ ਦਾ ਜਿਹੜਾ ਨਾਮ ਕਰਨ ਵੀ ਹੈ ਉਹ ਵੀ ਹਰਿਆਣੇ ਨਾਲ ਜੋੜਨ ਜਾ ਰਹੇ ਆ ਉਹ ਵੀ ਸਾਡਾ ਪ੍ਰਿਆਸ ਆ ਕਿ ਪਹਿਲਾਂ ਅਵਾਰਡ ਕੁਝ ਸਨ ਉਹ ਬੰਦਿਆਂ ਦੀ ਪਰਸਨੈਲਿਟੀਆਂ ਦੇ ਨਾਵਾਂ ਨਾਲ ਜੁੜੇ ਹੋਏ ਸਨ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਈ ਨਾਮ ਐਸੇ ਹੁੰਦੇ ਨੇ ਜਿਹੜੇ ਚਿਰ ਜੀਵੀ ਹੁੰਦੇ ਨੇ ਉਹ ساری ਉਮਰ ਰਹਿੰਦੇ ਨੇ ਪਰ ਕੁਝ ਨਾਮ ਐਸੇ ਹੁੰਦੇ ਨੇ ਸਮੇਂ-ਸਮੇਂ ਨਾਲ ਉਹਨਾਂ ਦੀ ਪਰਿਭਾਸ਼ਾ ਬਦਲਦੀ ਰਹਿੰਦੀ ਆ ਇੱਕ ਨੌ ਜਿਹੜਾ ਹੈ ਉਸ ਨੂੰ 50 ਸਾਲ ਪਸੰਦ ਕੀਤਾ ਜਾਂਦਾ ਹੈ ਉਦੋਂ ਬਾਅਦ ਕਿਸੇ ਕਾਰਨ ਵੀ ਉਸ ਨਾਮ ਤੇ ਸਹਿਮਤੀ ਨਹੀਂ ਹੁੰਦੀ ਤੇ ਐਸਾ ਵੀ ਹਰਿਆਣਾ ਅਸੀਂ ਪ੍ਰਯਾਸ ਕਰ ਰਹੇ ਆ ਅਕੈਡਮੀ ਚ ਜਿਹਨੇ ਸਾਡੇ ਅਵਾਰਡ ਨੇ ਉਹ ਜਿਸ ਤਰ੍ਹਾਂ ਅਕੈਡਮੀ ਦਾ ਨਾਮ ਹੈ ਉਸੇ ਤਰ੍ਹਾਂ ਹੀ ਹਰਿਆਣਾ ਪੰਜਾਬੀ ਸਾਹਿਤਿਅ ਅਵਾਰਡ ਹਰਿਆਣਾ ਪੰਜਾਬੀ ਗੌਰਵ ਅਵਾਰਡ ਹਰਿਆਣਾ ਪੰਜਾਬੀ ਆਜੀਵਨ ਅਵਾਰਡ ਇਸ ਤਰ੍ਹਾਂ ਦੇ ਹਰਿਆਣੇ ਨਾਲ ਜੁੜਦੇ ਅਵਾਰਡਾਂ ਦੇ ਨਾਮ ਕੀਤੇ ਜਾਣ ਤਾਂ ਕਿ ਉਹ ਵੀ ਜਿਹੜੀ ਕੰਟਰੋਵਰਸੀਆਂ ਨੇ ਉਹ ਵੀ ਅਸੀਂ ਸ਼ੀਗਰ ਸਮਾਪਤ ਕਰਨ ਦਾ ਪ੍ਰਯਾਸ ਕਰਨ ਜਾ ਰਹੇ ਆ ਅਵਾਰਡ ਮਨੀ ਵੀ ਅੱਛੀ ਜਿਹੜੀ ਹੈ ਪਹਿਲੇ ਡਬਲ ਹੋ ਚੁੱਕੀ ਹੈ ਉਹ ਵੀ ਵਧਾਣ ਜਾ ਰਹੇ ਆ फाइनेंशियल असिस्टेंस ਕਿਸੇ ਵੀ ਪੰਜਾਬੀ ਦੇ ਪ੍ਰੋਗਰਾਮ ਕਰਨ ਵਾਸਤੇ ਡਿਮਾਂਡ ਆਏਗੀ ਅਸੀਂ ਜੂਟ ਕਰ ਪਤਾਵਾਗੇ ਔਰ ਜਾਣਕਾਰੀ ਸੈਮੀਨਾਰਾਂ ਲਈ ਸਾਨੂੰ ਕਿਸੇ ਵੀ ਕਾਲਜ ਯੂਨੀਵਰਸਿਟੀ ਹਰਿਆਣੇ ਦੀ ਯਾਦ ਕੀਤਾ ਜਾਏਗਾ ਜਰੂਰ ਜਾਵਾਂਗੇ ਔਰ ਕਰੋਨਾ ਕਰਕੇ ਇੱਕ ਚੀਜ਼ ਅਸੀਂ ਬਹੁਤ ਉਹਦੇ ਵੀ ਸ਼ੁਕਰਗੁਜ਼ਾਰਾ ਕਰੋਨਾ ਦੇ ਕਰੋਨਾ ਨੇ ਸਾਨੂੰ ਇੱਕ ਜੀਵਨ ਦੀ ਨਵੀਂ ਰਾਹ ਦੱਸੀ ਜੀ 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 ਜਿਹੜੀ ਕਿ ਸਾਡੇ ਕੋਲ ਮੋਬਾਈਲ ਦੀ ਫੈਸਿਲਿਟੀ ਬੜੀ ਪੁਰਾਣੀ ਸੀ ਕਿ ਅਸੀਂ ਵੀਡੀਓ ਤੇ ਗੱਲ ਕਰਦੇ ਸੀ ਪਰ ਅਸੀਂ ਕਦੀ ਕੋਈ ਸੈਮੀਨਾਰ ਮੋਬਾਈਲ ਨਾਲ ਅਸੀਂ ਕਰਦੇ ਹੁਣ ਅਸੀਂ ਵੈਬਿਨਾਰ ਦੇ ਜ਼ਰੀਏ ਜਿਹੜਾ ਕਿ ਅਸੀਂ ਇੱਕ ਸੈਮੀਨਾਰ ਕਰਦੇ ਸੀ ਅੱਜ ਅਸੀਂ ਭਾਵੇਂ ਹੁਣ ਇੱਥੇ ਕੀਤਾ ਤੇ ਇਹਦੇ ਸਾਡੇ ਕੋਲ ਸਿਰਫ ਮਾਤਾ ਹਰਕੀ ਦੇਵੀ ਕਾਲਜ ਦੇ ਬੱਚੇ ਹੀ ਆ ਸਕਿਆ ਨੇ ਜਿਹੜੇ ਅਸੀਂ ਵੈਬਿਨਾਰ ਕੀਤੇ ਨੇ ਉਹਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਪਾਕਿਸਤਾਨ ਲੰਕਾ ਹਰ ਜਗ੍ਹਾ ਦੇ ਜਿਹੜੇ ਵੀ ਪੰਜਾਬੀ ਦਿਲ ਪੰਜਾਬੀ ਦੇ ਸਾਡੇ ਨੁਮਾਇੰਦੇ ਸਨ ਉਹਨਾਂ ਸ਼ਰਕਤ ਕਰਕੇ ਆਪਾਂ ਆਪਣੇ ਵਿਚਾਰ ਰੱਖੇ ਆ ਦੇਸੀ ਯੂਗ ਦੇ तमाम ਜਿਹੜੇ ਸਾਡੇ ਕੋਲ ਗੈਜਟਸ ਹੈਗੇ ਨੂੰ ਇਹਨਾਂ ਦਾ ਬੈਸਟ ਇਸਤੇਮਾਲ ਸਿੱਖੀਏ ਇਹਨਾਂ ਦੀ ਨਿੰਦਾ ਬਿਲਕੁਲ ਨਾ ਕਰੀਏ ਮੈਂ ਮੋਬਾਈਲ ਦੇ ਖਿਲਾਫ ਨਹੀਂ ਮੈਂ ਟੀਵੀ ਦੇ ਖਿਲਾਫ ਨਹੀਂ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਮੈਂ ਗੱਡੀਆਂ ਦੇ ਖਿਲਾਫ ਨਹੀਂ ਉਹਨਾਂ ਦੇ ਵਰਤਾਰੇ ਕਿੱਦਾਂ ਦੇ ਉਹਨਾਂ ਨੂੰ ਸਿੱਖਣ ਦੀ ਲੋੜ ਹੈ ਫੈਸ਼ਨ ਤੋਂ ਡਰਨ ਦੀ ਲੋੜ ਨਹੀਂ ਫੈਸ਼ਨ ਕਰਨ ਦੀ ਲੋੜ ਹੈ ਮਗਰ ਕਿਹੜਾ ਫੈਸ਼ਨ ਕਿਸ ਟਾਈਮ ਕਰਨਾ ਕਿੱਦਾਂ ਕਰਨਾ ਇਹ ਨਹੀਂ ਸਿੱਖਣ ਦੀ ਲੋੜ ਹੈ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਔਰ ਬਹੁਤ ਆਪਣੀ ਜੋਸ਼ਵੀ ਬਾਣੀ ਦੇ ਨਾਲ ਪੰਜਾਬੀ ਅਕੈਡਮੀ ਦੇ ਅੱਗੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਸਾਨੂੰ ਦੱਸਿਆ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਤੁਹਾਡਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਟੂ ਦਾ ਪੁਆਇੰਟ ਦੇਖ ਰਿਹਾ ਸੀ ਬੜੀ ਤੁਸੀਂ ਸ਼ਾਨਦਾਰ ਇਹਦਾ ਨਾਮ ਰੱਖਿਆ ਮੈਂ ਤੁਹਾਨੂੰ ਵਧਾਈ ਦੇਣਾ ਕਿ ਤੁਸੀਂ ਟੂ ਦਾ ਪੁਆਇੰਟ ਹੀ ਰਹੋ ਜ਼ਿੰਦਗੀ ਔਰ ਕਦੀ ਵੀ ਜ਼ਿੰਦਗੀ ਚ ਪੁਆਇੰਟ ਤੋਂ ਬਾਏ ਦਾ ਨਾ ਹੋ ਔਰ ਇੱਕ ਮੈਂ ਛੋਟੀ ਜੀ ਗੱਲ ਕਹਾਂਗਾ ਸਾਹਿਤਏ ਹੀ ਸਮਾਜ ਦਾ ਦਰਪਣ ਹੈ ਜੀ ਇਹ 1974 ਅੱਠਵੀਂ ਜਮਾਤ ਦੇ ਸਰਦੀ ਚ 8 ਦਸੰਬਰ ਨੂੰ ਮੈਂ ਪਹਿਲਾ ਲੈਕਚਰ ਦਿੱਤਾ ਸੀ ਤੇ ਸਰਦੀਆਂ ਦੇ ਵਿੱਚ ਲੱਤਾਂ ਕੰਬ ਵੀ ਰਹੀਆਂ ਸਨ ਤੇ ਪਸੀਨਾ ਵੀ ਆ ਰਿਹਾ ਸੀ ਤਾਂ ਨਹੀਂ ਸੀ ਸਮਝ ਆਉਂਦੀ ਵੀ ਇਹ ਖਾਲੀ ਲੈਕਚਰ ਸੀ ਇੱਕ ਨਾਰਮਲ ਰੁਟੀਨ ਦਾ ਕਿ ਇਹਦਾ ਜੀਵਨ ਚ ਵੀ ਕੋਈ ਅਰਥ ਹੈ ਪਰ ਅੱਜ ਸਮਝ ਆ ਗਈ ਕਿ ਵਾਤੇ ਹੀ ਸਾਹਿਤਏ ਦਾ ਸਮਾਜ ਦਾ ਦਰਪਣ ਹੈ ਅਸੀਂ ਆਪਣੇ ਸਾਹਿਤਏ ਚ ਚਾਹੇ ਅਖਬਾਰਾ ਹੋਣ ਟੀਵੀ ਹੋਣ ਯਾ ਟੂ ਦੀ ਪੁਆਇੰਟ ਵਰਗੇ ਸੋਸ਼ਲ ਮੀਡੀਆ ਹੁਣ ਅਸੀਂ ਹਮੇਸ਼ਾ ਉਸ ਮਿਆਰ ਦੀ ਗੱਲ ਕਰੀਏ ਕਿ ਜੋ ਗੱਲ ਤੁਸੀਂ ਅੱਜ ਕਰ ਦਿੱਤੀ ਹੈ ਉਹ ਦੁਨੀਆ ਦੇ ਮਨਸ ਵੱਟਲ ਤੇ ਲਿਖੀ ਗਈ ਹੈ ਉਹ ਝੂਠ ਲਿਖੋਗੇ ਤੇ ਝੂਠ ਜਾਏਗਾ ਉਹ ਸੱਚ ਲਿਖੋਗੇ ਸੱਚ ਜਾਏਗਾ ਅੱਛਾ ਲਿਖੋਗੇ ਅੱਛਾ ਜਾਏਗਾ ਹਮੇਸ਼ਾ ਜੋ ਲਿਖਤਮ ਹੈ ਔਰ ਪਖਤਮ ਹੈ ਉਹਨੂੰ ਬਿਹਤਰੀਨ ਲਿਖਣ ਦਾ ਪ੍ਰਯਾਸ ਕਰੋ ਸਵਰਨ ਜਿਹੜਾ ਤੁਹਾਡਾ ਇਤਿਹਾਸ ਤਾਂ ਹੀ ਹੋਏਗਾ ਜੇ ਤੁਹਾਡਾ ਸਹਿਿੱਤਿਆ ਸਵਰਨ ਹੋਏਗਾ ਹਰਿਆਣਾ ਪੰਜਾਬੀ ਅਕੈਡਮੀ ਦੀ ਸ਼ਬਦ ਬੂੰਦ ਵਾਸਤੇ ਤੁਸੀਂ ਆਪਣੇ ਸਾਰੇ ਆਰਟੀਕਲ ਪੰਜਾਬੀ ਦੇ ਡਾਇਰੈਕਟ ਮੇਲ ਦੇ ਉੱਪਰ ਭੇਜ ਸਕਦੇ ਹੋ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਕਿਸੇ ਨੂੰ ਸਪਾਰਸ਼ ਕਰਵਾਉਣ ਦੀ ਲੋੜ ਨਹੀਂ ਮੇਰੇ ਇੱਥੇ ਆਉਣ ਤੋਂ ਬਾਅਦ ਆਪਾਂ ਇੱਕ ਪ੍ਰਥਾ ਹੀ ਖਤਮ ਕਰ ਦਿੱਤੀ ਹੈ ਮੈਂ ਨਹੀਂ ਕਹਿੰਦਾ ਮੇਰੇ ਤੋਂ ਪਹਿਲੇ ਹੈ ਸੀ ਕਿ ਨਹੀਂ ਹੈ ਸੀ ਪਰ ਮੈਂ ਮੇਲ ਨੂੰ ਬਹੁਤ ਜ਼ਿਆਦਾ ਪ੍ਰਚਲਿਤ ਕੀਤਾ ਹੈ WhatsApp 'ਤੇ ਗਰੀਡ ਮਾਰ ਸਕਣਾ ਤੇ ਚਿੱਠੀ ਪਾਓ ਉਹਨੂੰ ਫਾੜ ਕੇ ਡਸਟਬਿਨ ਸੁੱਟ ਸਕਣਾ ਤੁਸੀਂ ਫੋਨ ਕਰੋ ਮੈਂ ਭੁੱਲਣ ਦੀ ਐਕਟਿੰਗ ਕਰ ਸਕਣਾ ਪਰ ਜੇ ਤੁਸੀਂ ਅਕੈਡਮੀ ਨੂੰ ਮੇਲ ਪਾਓਗੇ ਤੁਹਾਡੇ ਕੋਲ ਵੀ ਪ੍ਰੂਫ ਹੈ ਔਰ ਸਾਡੇ ਕੋਲ ਵੀ ਪ੍ਰੂਫ ਹੈ ਅਸੀਂ ਹਰ ਮੇਲ ਦੇ ਜਵਾਬ ਦੇ ਆ ਇਸ ਟੈਕਨੋਲੋਜੀ ਨੂੰ ਅਪਣਾਉਂਦੇ ਹੋਏ ਅਕੈਡਮੀ ਨੂੰ ਆਪਣੇ ਆਰਟੀਕਲਸ ਮੇਲ ਰਾਹੀਂ ਭੇਜਿਆ ਕਰੋ ਅਕੈਡਮੀ ਨੂੰ ਆਪਣੇ ਸੁਝਾਅ ਮੇਲ ਰਾਹੀਂ ਭੇਜਿਆ ਕਰੋ ਤੁਹਾਡੇ ਸੁਝਾਅ ਜਿਹੜੇ ਨੇ ਪਹਿਲਾਂ ਆਉਂਦੇ ਸਨ ਅਸੀਂ ਅਮਲ ਵੀ ਕਰਦੇ ਸੀ ਪਰ ਅਸੀਂ ਉਹਨਾਂ ਨੂੰ ਸ਼ੋਅ ਨਹੀਂ ਸੀ ਕਰਦੇ ਹੁਣ ਇਹ ਸ਼ਬਦ ਬੂਨ ਦੇ ਅੰਦਰ ਸਪੈਸ਼ਲ ਕਾਲਮ ਬਣਾ ਕੇ ਤੁਹਾਡੇ ਸੁਝਾਵਾਂ ਨੂੰ ਅਸੀਂ ਛਾਪਣਾ ਵੀ ਸ਼ੁਰੂ ਕੀਤਾ ਆਇਆ ਦਿਲ ਖੋਲ ਕੇ ਆਪਣੇ ਵਿਚਾਰ ਰੱਖੋ ਜਿਵੇਂ ਉਹਨੇ ਕਿਹਾ ਵੀ जो तुम दिल नहीं खोलोगे डॉक्टर दोस्तों बहुत खूबसूरत चर्चा हुई चलो चले यहाँ बरसात नहीं होती वहां बरसात देने को रोते बिलखते चेहरों पर मुस्कान देने को इस अंधेरे में नया प्रकाश देने को जरा कदम से कदम मिलाकर बताओ तो सही यहाँ पर कौन राजी है हमारा साथ देने को एक बार बहुत बहुत धन्यवाद आप इस चर्चा को शेयर करें लाइक करें कमेंट करें और मुस्कुरा कर कहें जिंदगी जिंदाबाद